ਇੱਕ ਭਾਪੇ ਨੇ ਮੇਰੇ ਭਾਰਾ ਸਿਆਪਾ ਪਾਇਆ ਈ ਓ ਘੰਟੇ ਦਾ ਕਹਿ ਕੇ 4 ਘੰਟੇ ਹੋ ਗਏ, ਕਈ ਬੱਸਾਂ ਲੰਘ ਗਈਆਂ ਓ। ਮੈਂ ਅਜੇ ਲਾਗੇ ਜਾ ਕੇ ਵਿਆਹ ਵੀ ਵੇਖਣਾ, ਪੈਸੇ ਵੀ ਚੁਗਣੇ ਉੱਥੋਂ। ਜਨਾਨੀ ਵਾਲੀ ਵਿਖਾ, ਕਿਉਂ ਰਾਤ ਨਗਲਾਂ ਤੇ ਜਾਣਾ? ਓ ਨਹੀਂ 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 ਨਹੀਂ, ਉਹ ਘਰ ਵਾਲੀ ਆਸਤੀ ਲੱਗ ਜਾਣੀ ਆ। ਓਯਾ ਨਾ ਭਰਾਵਾ, ਕੋਈ ਹੌਲੀ ਵਿਖਾ ਮਾਸਾ। ਕਿਉਂ ਘਰ ਵਾਲੀ ਸਿਰ ਚ ਮਾਰਦੀ ਆ, ਹੌਲੀ ਵਿਖਾ ਦਿੰਦੇ। ਤੂੰ ਦੱਸ ਕਿੰਨੇ ਕਾਲੀ ਚਾਹੀਦੀ ਆ? ਵਿਖਾ ਦੇ 100 ਖੰਡ ਵਾਲੀ। ਭਾ ਕਿਹੜੇ ਜਮਾਨੇ ਤੁਰਿਆ ਫਿਰਦਾ, 100 ਰੁਪਈਏ ਦੀਆਂ ਤੇ ਉਹਨੂੰ ਮੇਖਾ ਲੱਗੀਆਂ। ਭਰਾ ਨਿੱਕੇ ਹੁੰਦੇ ਮੈਂ ਆਪਣੀ ਬੀਬੀ ਦੇ ਨਾਲ ਆਇਆ, ਉਦੋਂ ਤਾਂ ਮੈਂ ਤੇਰੇ ਦਾਦੇ ਕੋਲ 100 ਦੀ ਲੈ ਕੇ ਗਿਆ ਹਾਂ। ਜਾ ਸਕੂਲ ਦੇ ਨਾਲ ਕਬਰਾਂ, ਹੁਣ ਫੇਰ ਨਾਲੇ ਦਾਦੇ ਨੂੰ ਮਿਲਿਆ ਤੇ ਨਾਲੇ ਉਹਦੇ ਕੋਲ ਆਇਆ 100 ਦੀਆਂ। ਅੱਗੇ 100-100 ਦੀਆਂ ਵੇਚ ਕੇ ਉਹਦੇ ਸਾਨੂੰ ਪਾ ਗਿਆ ਕੋਠੀ। ਉਹ ਤੇਰਾ ਭਲਾ ਜੇ ਦਾਦਾ ਪੂਰਾ ਗਿਆ? ਪੂਰਾ ਹੋ ਗਿਆ ਤਾਂ ਕਬਰਾਂ ਜੇ, ਹੋਰ ਉੱਥੇ ਕਬੱਡੀ ਖੇਡਣ ਡਿਆ। ਤੇ ਤੁਸੀਂ ਗੁਰੂਆ ਮੈਨੂੰ ਦੱਸਿਆ ਨੀ? ਆਹੋ ਦੱਸਿਆ ਨੀ, ਤੂੰ ਉਹਦਾ ਸਾਂਢੂ ਲੱਗਦਾ ਨਾ, ਉਹਦੇ ਸਾਨੂੰ ਨੀ ਦੱਸ ਕੇ ਗਿਆ। ਉਹ ਨਹੀਂ ਨਹੀਂ ਉਹ ਗੱਲ ਨਹੀਂ ਆ, ਉਹ ਨਿੱਕੇ ਹੁੰਦਿਆਂ ਜਦੋਂ ਉਹਦੇ ਕੋਲ ਆਈਦਾ ਸੀ ਨਾ ਇੱਥੇ, ਉਹਦੇ ਨਾਲ ਪਿਆਰ ਬੜਾ ਸੀ, ਟੋਫੀਆਂ ਬੜੀਆਂ ਦਿੰਦਾ ਹੁੰਦਾ ਸੀ ਸਾਨੂੰ। ਆਹੋ ਜਿੰਨਾ ਕਮਾਉਂਦਾ ਵੱਟਦਾ ਸੀ, ਘਰੇ ਤੇ ਕੱਖ ਦਿੰਦਾ ਨੀ, ਤੇਰੇ ਅੱਗੇ ਚੌਲਾਂ ਨੂੰ ਖਵਾ ਛੱਡਿਆ ਉਹਨੇ। ਚੱਲ ਛੱਡ ਬਾਕੀ ਗੱਲਾਂ ਨੂੰ, ਲਿਆ ਜੁੱਤੀ ਵਿਖਾ ਦੂੰ। ਜਿੰਨੇ ਚ ਤੂੰ ਮੰਗਣ ਡਿਆ ਨਾ, ਇੰਨੇ ਚ ਨੀ ਇੱਥੇ ਮਿਲਣੀ। ਬਾਕੀ ਤੇਰਾ ਮੈਂ ਟਾਈਮ ਸਾਰ ਦਿੰਦਾ, ਪਿੱਛੇ ਪਏ ਗੋਰੇ ਜਿਹੇ ਰਬਟ ਵਾਲੇ ਗੋਆ ਸੁੱਟਣ ਵਾਲੇ, ਉਹ ਤੈਨੂੰ ਦੇ ਦਿੰਦਾ। ਜਾ ਭਰਾ ਇਹ ਅਗਲ ਕਰ, ਕੋਹ ਚੰਗੇ ਭਲੇ ਅਸੀਂ ਵਿਆਹ ਤੇ ਜਾਣਾ, ਤੂੰ ਬੇਇੱਜ਼ਤੀ ਵਾਲੀਆਂ ਗੱਲਾਂ ਕਰਨ ਡਿਆ ਵਾ ਤੂੰ। ਜੇ ਬੇਇੱਜ਼ਤੀ ਜ਼ਿਆਦਾ ਮਹਿਸੂਸ ਹੁੰਦੀ ਆ ਤੇ ਪੈਸੇ ਵੱਧ ਖਰਚ ਲਾ। ਚੱਲ ਇੱਦਾਂ ਕਰ, ਫਿਰ 150 ਰੁਪਇਆ ਲੈ ਲਾ ਵੱਧ, ਤੇ 250 ਵਾਲੀ ਵਿਖਾ ਦੇ ਕੋਈ। 250 ਵਾਲੀ ਆ ਵੇਖ ਲਾ। ਉਹ ਭਰਾਵਾ ਮਾਸਾ ਨਿੱਕੀ ਵਿਖਾ ਲੈ, ਏਡੀ ਤਕੜੀ ਵਿਖਾਈ ਜਾਂਦਾ, ਉਹਨੇ ਦੋਵੇਂ ਪੈਰ ਇੱਕੇ 'ਚ ਪਾਉਣੇ ਆ। ਨਿੱਕੀ ਵੀ ਵਿਖਾ ਦਿੰਦੇ ਹਾਂ ਨਿੱਕੀ, ਫਿਰ ਆ ਵੇਖ ਲਾ। ਮਾਸਾ ਮਾਸਾ ਨਿੱਗੀ ਜੀ ਵਿਖਾਈ, ਜੇ ਪੈਰ ਜਿਹ 'ਚ ਨਿੱਘੇ ਹੀ ਰਹਿਣ। ਤੇ ਤੂੰ ਇਹ 'ਚ 10 ਮਿੰਟ ਪਹਿਲਾਂ ਕੋਲੇ ਵਾਲ ਲਿਆ ਕਰੀ। ਭਾ ਨਿੱਗੀ ਮੈਂ ਤਾਂ ਕਹਿਣ ਡਿਆ ਵਾਂ ਕਿਉਂਕਿ ਬਾਹਰ ਠੰਡ ਬੜੀ ਆ, ਤਾਂ ਕਹਿਣ ਡਿਆ ਨਿੱਗੀ। ਨਾਲੇ ਜੁੱਤੀ ਤੇ ਠੀਕ ਆ, ਰੰਗ ਤੁਸੀਂ ਆ ਸਾਰੇ ਕਾਲੇ ਕਾਲੇ ਜੇ ਰੱਖੇ, ਕੀ ਗੱਲ ਆ? ਰੰਗ ਅੜਕੋ ਪਾ ਸਾਰੇ ਹੀ ਹੈਗੇ ਆ, ਪਿਓ ਵਾਲੇ ਜਿਹੜੇ ਖੋਪੇ ਲਾ ਇਹ ਲਾ ਕੇ ਵੇਖ ਲਾ। ਓਹੋ ਮੈਂ ਵੀ ਕਹੀ ਜਾਣਾ, ਸਾਰੀਆਂ ਕਾਲੀਆਂ ਕਾਲੀਆਂ ਜੀ ਕੋ ਦੇਣ ਡੀਆਂ। ਜੁੱਤੀ ਤੇ ਠੀਕ ਆ, ਚੱਲ ਕੋਈ ਹੋਰ ਵਿਖਾ ਦੇ, ਤੇ ਧਾਗੇ ਜੇ ਬੜੇ ਨਿਕਲੇ ਆ ਤੇ ਇਹ ਤੇ ਪਾਣੀ 'ਚ ਪਾਇਆ ਖਰਾਬ ਹੋਣੀ, ਨਿਕਲ ਜਾਣੀ ਸਾਰੀ ਜੁੱਤੀ। ਤੈਨੂੰ ਫਿਰ ਵਧੀਆ ਵਿਖਾਉਣਾ, ਆ ਸਪੈਸ਼ਲ ਤੈਨੇ ਬਣਾਈ ਆ, ਕੋਈ ਲੈ ਗਣੀ ਹੋ ਗਿਆ ਤਿੱਲੇ ਦੀ ਕਢਾਈ ਦੀ। ਓ ਵਾਹ 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 ਵਾਹ, ਬਸ ਆਹ ਤੇ ਬਹੁਤ ਵਧੀਆ ਚੀਜ਼ ਆ ਯਾਰ, ਇਹ ਤੇ ਚੱਲ ਵੀ ਜਾਣੀ ਸੂਟ ਨਾਲ ਵਧੀਆ ਮੈਚ ਹੋ ਜਾਣੀਆਂ। ਤੇ ਇਹਦੇ ਨਾਲ ਕਿੱਦਾਂ ਜੁੱਤੀ ਤੇ ਠੀਕ ਹੈ, ਇਹਦੇ ਨਾਲ ਜਰਾਬਾਂ ਪੈਣੀਆਂ ਮੇਰੀ ਵੱਲੋਂ, ਭਾਵੇਂ ਇਹਨਾਂ ਕਮੇਟੀ ਵਾਲਾ ਤੇ ਜਾ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਾਰੇ ਜਾਣਿਆਂ ਨੇ ਸਾਨੂੰ ਕਿਹਾ ਸੀਗਾ ਕਿ ਲੰਬੀਆਂ ਵੀਡੀਓ ਪਾ ਕਰੋ, ਇਸ ਕਰਕੇ ਅਸੀਂ ਹੁਣ ਯੂਟਿਊਬ ਚੈਨਲ ਤੇ ਪਾਉਣੀਆਂ ਸਟਾਰਟ ਕਰਤੀਆਂ ਜੀ। ਸਾਰੇ ਜਾਣੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸਾਨੂੰ ਕਮੈਂਟਾਂ ਵਿੱਚ ਦੱਸੋ ਕਿ ਵੀਡੀਓ ਕਿਵੇਂ ਲੱਗੀ। ਥੈਂਕ ਯੂ।